ਨੈਸ਼ਨਲ ਨਰਸਿੰਗ ਡੇ ਆ, ਸਾਨੂੰ ਐਨ ਜੀ ਓ ਵੱਲੋਂ ਸਨਮਾਨਿਤ ਕੀਤਾ ਗਿਆ। ਅਸੀਂ ਸਾਰੇ ਹੀ ਪੇਸ਼ੈਂਟਾਂ ਦੀ ਸੇਵਾ ਵਿੱਚ ਲੱਗੇ ਹੋਏ ਹਾਂ, ਦਿਨ ਰਾਤ ਅਸੀਂ ਉਹਨਾਂ ਲਈ ਕੰਮ ਕਰ ਰਹੇ ਹਾਂ, ਦਿਨ ਰਾਤ ਅਸੀਂ ਕੋਵਿਡ ਲਈ ਲੜ ਰਹੇ ਹਾਂ, ਪੇਸ਼ੈਂਟਾਂ ਦੇ ਲਈ ਲੜ ਲਿਆ। ਅਸੀਂ ਆਪਣਾ ਖਾਣ ਪੀਣ ਦਾ ਵੀ ਨਹੀਂ ਧਿਆਨ ਰੱਖ ਰਹੇ, ਖਾਣ ਪੀਣ ਲਈ ਵੀ ਸਾਡੇ ਕੋਲ ਟਾਈਮ ਨਹੀਂ ਹੈ, ਪਰ ਅਸੀਂ ਜ਼ਰੂਰੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਇੰਪੋਰਟੈਂਸ ਪੇਸ਼ੈਂਟਸ ਨੂੰ ਦੇ ਰਹੇ ਹਾਂ ਕਿ ਦਿਨ ਜਲਦੀ ਤੋਂ ਜਲਦੀ ਠੀਕ ਹੋ ਕੇ ਸਭ ਆਪਣੇ ਘਰਾਂ ਨੂੰ ਜਾਣ, ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕਿਸੇ ਵੀ ਟ੍ਰੀਟਮੈਂਟ ਵਿੱਚ। ਅਸੀਂ ਪੂਰੀ ਮਿਹਨਤ ਕਰ ਰਹੇ ਹਾਂ ਪੇਸ਼ੈਂਟਾਂ ਦੇ ਲਈ। ਅਸੀਂ ਚਾਹਾਂਗੇ ਕਿ ਜਿੰਨਾ ਸਾਡੇ ਤੋਂ ਹੋ ਸਕੇ ਅਸੀਂ ਉਹਨਾਂ ਦੀ ਅਸੀਂ ਲੜਾਂਗੇ ਉਹਨਾਂ ਲਈ, ਅਸੀਂ ਜੰਗ ਜਿੱਤਾਂਗੇ ਕਰੋਨਾ ਤੋਂ। ਅਸੀਂ ਜਨਤਾ ਨੂੰ ਕਹਿਣਾ ਚਾਹਾਂਗੇ ਕਿ ਪਰਹੇਜ਼ ਕਰਨ, ਆਪਣਾ ਪੂਰਾ ਧਿਆਨ ਰੱਖਣ, ਸੈਨੀਟਾਈਜ਼ਰ ਯੂਜ ਕਰਨ, ਦੋ ਮਾਸਕ ਲਗਾ ਕੇ ਰੱਖਣ, ਦੂਰੀ ਬਣਾ ਕੇ ਰੱਖਣ, ਘਰ ਬਹਿਣ, ਕਿਸੇ ਨੂੰ ਵੀ ਜ਼ਰੂਰਤ ਨਹੀਂ ਹੈ ਬੇਦਾਂ ਗੱਲ ਤੋਂ ਬਾਹਰ ਨਿਕਲਣ ਦੀ, ਜਿੰਨਾ ਹੋ ਸਕਦਾ ਘਰ ਬਹਿ ਕੇ ਆਪਦੇ ਆਪ ਨੂੰ ਕੁਆਰੰਟਾਈਨ ਰੱਖਣ, ਤਾਂ ਕਿ ਉਹਨਾਂ ਨੂੰ ਕਰੋਨਾ ਮਹਾਂਮਾਰੀ ਦੇ ਨਾਲ ਨਾਲ ਲੈਣਾ। ਸਭ ਤੋਂ ਪਹਿਲਾਂ ਤਾਂ ਮੈਂ ਧਰਮ ਰੱਖਿਆ ਐਨ ਜੀ ਓ ਨੇ, ਜਿਨ੍ਹਾਂ ਨੇ ਸਾਡੇ ਸਭ ਪੂਰੇ ਸਟਾਫ ਨੂੰ ਸਨਮਾਨਿਤ ਕੀਤਾ ਸੀ, ਇਹਨਾਂ ਦਾ ਬਹੁਤ ਧੰਨਵਾਦ ਹੈ। ਔਰ ਬਾਕੀ ਜਿਹੜੇ ਸਾਡਾ ਸਟਾਫ ਹੈ, ਸਾਰੀਆਂ ਕੁੜੀਆਂ ਜਿੰਨੇ ਵੀ ਸਟਾਫ ਹੈ, ਉਹ ਪੂਰੇ ਫਰੰਟ ਲਾਈਨ 'ਤੇ ਹੋ ਕੇ ਸਾਡੇ ਜਿਹੜੇ ਵੀ ਪੇਸ਼ੈਂਟ ਆ ਰਹੇ ਆ ਉਹਨਾਂ ਨੂੰ ਅਸੀਂ ਪੂਰਾ ਹੈਂਡਲ ਕਰ ਰਹੇ, ਪੂਰੀ ਉਹਨਾਂ ਦੀ ਦੇਖਭਾਲ ਕਰਨ ਵਿੱਚ ਲੱਗੇ ਹੋਏ ਹਾਂ। ਸਾਡਾ ਦਿਨ ਰਾਤ ਇਹੀ ਹੁੰਦਾ ਹੈ ਵੀ ਕੋਈ ਵੀ ਪੇਸ਼ੈਂਟ ਆਉਂਦਾ ਉਹਨੂੰ ਪੂਰੀ ਤੋਂ ਪੂਰੀ ਸਹਾਇਤਾ ਦਿੱਤੀ ਜਾਵੇ ਔਰ ਚੰਗਾ ਹੋ ਕੇ ਸਾਡੇ ਕੋਲੋਂ ਜਾਵੇ। ਔਰ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹੱਥ ਜੋੜ ਕੇ ਕਿ ਭਾਈ ਆਪਦਾ ਮਾਸਕ ਲਗਾ ਕੇ ਰੱਖੋ, ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੋ, ਅਤੇ ਘਰੋਂ ਜ਼ਿਆਦਾ ਬਾਹਰ ਨਾ ਨਿਕਲੋ, ਘਰੋਂ ਉਦੋਂ ਹੀ ਨਿਕਲੋ ਜੇ ਕੋਈ ਜ਼ਿਆਦਾ ਜ਼ਰੂਰੀ ਕੰਮ ਹੋਵੇ। ਜੇ ਡਾਕਟਰ ਨੂੰ ਵੀ ਤੁਸੀਂ ਆਪਦੇ ਨੂੰ ਸੰਪਰਕ ਕਰਨ ਦਾ ਪਹਿਲਾਂ ਫੋਨ 'ਤੇ ਸੰਪਰਕ ਕਰੋ, ਡਾਕਟਰ ਸਾਹਿਬ ਤੁਹਾਡੇ ਵਾਸਤੇ ਹਰ ਵੇਲੇ ਫੋਨ 'ਤੇ ਹਾਜ਼ਰ ਨੇ। ਜੇ ਜ਼ਿਆਦਾ ਹੀ ਜ਼ਰੂਰੀ ਹੈ ਫਿਰ ਕਿਤੇ ਬਾਹਰ ਨਿਕਲੋ, ਨਹੀਂ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਕਰੋਨਾ ਬਹੁਤ ਖਤਰਨਾਕ ਆ, ਅਸੀਂ ਇਹਨਾਂ ਨਾਲ ਲੜ ਰਹੇ ਹਾਂ, ਇਹ ਸਾਨੂੰ ਹੀ ਪਤਾ ਅਸੀਂ ਕਿਸ ਤਰ੍ਹਾਂ ਲੜ ਰਹੇ, ਕਿਸ ਤਰ੍ਹਾਂ ਸਾਡੀ ਜ਼ਿੰਦਗੀ ਜੀ ਰਹੇ ਸੀ। ਅਸੀਂ ਲੋਕਾਂ 'ਤੇ ਇਹੀ ਕਹਿ ਰਹੇ ਹਾਂ ਕਿ ਆਪਦੇ ਘਰੇ ਰਹੋ, ਸੇਫ ਰਹੋ, ਬਾਹਰ ਨਾ ਨਿਕਲੋ। ਆ ਪੁਲਿਸ ਵਾਲੇ ਵੀ ਕਿਤੇ ਹੈਲਪ ਕਰ ਰਹੇ ਤੁਹਾਡੇ ਲਈ, ਘਰੋਂ ਕੋਈ ਬਾਹਰ ਨਾ ਨਿਕਲੇ। ਔਰ ਐਨ ਜੀ ਓ ਜਿਹੜੀ ਧਰਮ ਰਕਸ਼ਾ ਵਾਲੇ, ਇਹ ਵੀ ਬਹੁਤ ਪੂਰਾ ਸਾਥ ਦੇ ਰਹੇ ਨੇ, ਅਸੀਂ ਬਹੁਤ ਧੰਨਵਾਦ ਕਰ ਰਹੇ। ਤੁਸੀਂ ਸਾਡੇ ਆ ਕੇ ਸਾਡੇ ਹੋਸਪਿਟਲ 'ਚ ਸਾਡੀ ਹੌਸਲਾ ਵਧਾਈ ਕੀਤੀ ਅਤੇ ਸਾਨੂੰ ਸਨਮਾਨਿਤ ਕੀਤਾ, ਅਸੀਂ ਬਹੁਤ ਬਹੁਤ ਧੰਨਵਾਦ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।